ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਕੇ ਮਲੋਟ ਵਿੱਚ ਅਵਾਰਾ ਪਸ਼ੂਆਂ ਤੇ ਤੇਜ਼ ਰਫ਼ਤਾਰ ਕਰਨ ਗਈਆਂ 4 ਕੀਮਤੀ ਜਾਨਾਂ ਇਹ ਗੰਭੀਰ ਰੂਪ ਵਿੱਚ ਜ਼ਖਮੀ। ਤੇਜ਼ ਰਫ਼ਤਾਰ ਅਤੇ ਅਵਾਰਾ ਪਸ਼ੂਆਂ ਨਾਲ ਹੁੰਦੇ ਹਾਦਸੇ ਰੁਕਮ ਦਾ ਨਾਮ ਨਹੀਂ ਲੈ ਰਹੇ। ਇਹਨਾਂ ਹਾਦਸਿਆਂ ਕਾਰਨ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ 3 ਅਲੱਗ ਅਲੱਗ ਸੜਕ ਹਾਦਸਿਆਂ ਵਿੱਚ ਜਿੱਥੇ 4 ਕੀਮਤੀ ਜਾਨਾਂ ਚਲੀਆਂ ਗਈਆਂ ਹਨ ਉੱਥੇ ਹੀ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਪਹਿਲੀ ਘਟਨਾ ਹੈ ਮਲੋਟ ਮੁਕਤਸਰ ਰੋਡ ਪਿੰਡ ਔਲਖ ਕੋਲ ਰਾਤ ਕਰੀਬ 9 ਵਜੇ ਇੱਕ ਤੂੜੀ ਨਾਲ ਭਰੇ ਹੋਏ ਟਰੈਕਟਰ ਅਤੇ ਕਾਰ ਵਿੱਚ ਹੋਏ ਭਿਆਨਕ ਟੱਕਰ ਵਿੱਚ ਕਾਰ ਅਤੇ ਟਰੈਕਟਰ ਬੁਰੀ ਤਰ੍ਹਾਂ ਨੁਕਸਾਨੇ ਗਏ। ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਤੋਂ ਆਪਣੀ ਡਿਊਟੀ ਤੋਂ ਵਾਪਸ ਪਰਤ ਰਹੇ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਕਾਰ ਸਵਾਰਾਂ ਵਿੱਚੋਂ 2 ਦੀ ਦਰਦਨਾਕ ਮੌਤ ਹੋ ਗਈ ਅਤੇ ਇੱਕ ਨੂੰ ਮਲੋਟ ਤੋਂ ਬਾਅਦ ਬਠਿੰਡਾ ਦੇ ਹਸਪੀਟਲ ਵਿੱਚ ਰੈਫਰ ਕੀਤਾ ਗਿਆ। ਟਰੈਕਟਰ ਸਵਾਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪ੍ਰਤੱਖ ਦਰਸ਼ੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਿਸ ਦੀ ਆਵਾਜ਼ ਨੂੰ ਸੁਣ ਕੇ ਸਾਨੂੰ ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਕੋਈ ਬੰਬ ਚੱਲ ਗਿਆ ਹੁੰਦਾ ਹੈ। ਅਸੀਂ ਮੌਕੇ 'ਤੇ ਪਹੁੰਚੇ ਤਾਂ ਹਰ ਪਾਸੇ ਚੀਕਾਂ ਅਤੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਦੂਸਰੇ ਹਾਦਸੇ ਵਿੱਚ ਬੋਦੀਵਾਲਾ ਤੋਂ ਸ਼ੇਰਗੜ੍ਹ ਰੋਡ 'ਤੇ ਰਾਤ ਐਕਸੀਡੈਂਟ ਹੋਣ ਕਾਰਨ ਰਜੇਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਦਾ ਕਾਰਨ ਮੋਟਰਸਾਈਕਲ ਅੱਗੇ ਕੁੱਤਾ ਹੋਣਾ ਦੱਸਿਆ ਜਾ ਰਿਹਾ ਹੈ। ਤੀਸਰੇ ਹਾਦਸੇ ਵਿੱਚ ਪਵਨ ਕੁਮਾਰ ਵਾਸੀ ਗੁਰੂ ਨਗਰੀ ਗੁਰੂ ਨਾਨਕ ਨਗਰ ਮਲੋਟ ਦੀ ਪਿੰਡ ਕੋਲਿਆਂ ਵਾਲੀ ਕੋਲ ਆਟੋ ਦੇ ਅੱਗੇ ਵਾਰਾ ਪਸ਼ੂ ਟਕਰਾਉਣ ਕਾਰਨ ਦਰਦਨਾਕ ਮੌਤ ਹੋ ਗਈ। ਸਾਰੇ ਹੋਏ ਵੱਖ ਵੱਖ ਹਾਦਸਿਆਂ ਵਿੱਚ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਜਿਹੜਾ ਇਹ ਰੋਡ ਦੇ ਉੱਤੇ ਐਕਸੀਡੈਂਟ ਹੋਇਆ, ਕੀ ਕਹਿਣਾ ਚਾਹੋਗੇ? ਇਹ ਜੀ, ਮੰਨ ਲਓ ਜੀ ਰਾਤ 9:30 ਦਾ ਟਾਈਮ ਸੀਗਾ ਜੀ, 9:30 ਵਜੇ ਮੰਨ ਲਓ ਵੀ ਇਹ ਐਕਸੀਡੈਂਟ ਹੋ ਗਿਆ ਜੀ। ਅਤੇ ਜਿਹੜਾ ਕਿ ਮੰਨ ਲਓ ਵੀ ਟਰੈਕਟਰ ਜਿਹੜਾ ਤੂੜੀ ਵਾਲੀ ਟਰੇਲੀ ਦੇ ਵਿੱਚ ਹੀ ਵਾਰਤਾ ਇਹ, ਅਤੇ ਉਹ ਪੈਂਚਰ ਹੋ ਗਿਆ ਯਾਨੀ ਕਿ ਸਾਰਾ ਟੁੱਟ ਗਿਆ ਜੀ। ਅਤੇ ਜਿਹੜੇ ਮੰਨ ਲਓ ਵੀ ਕਾਰ ਵਾਲੇ ਸੀ, ਦੋ ਬੰਦੇ ਦੀ ਡੈਥ ਹੋ ਗਈ ਹੈ, ਦੋ ਬੰਦੇ ਮਰ ਗਏ। ਜਿਹੜਾ ਟਰੈਕਟਰ ਵਾਲਾ ਸੀ ਉਹ ਨਹੀਂ ਸਹਿ ਜੀ। ਅਤੇ ਕਿੱਥੋਂ ਦੇ ਸੀਗੇ ਜਿਹੜੇ ਕਾਰ ਵਾਲੇ? ਕਾਰ ਵਾਲੇ ਜੀ ਰਾਮਨਗਰ 'ਤੇ ਦੱਸਦੇ ਜੀ, ਰਾਮਨਗਰ ਤੋਂ ਹੋਏ ਜੀ। ਐਕਸੀਡੈਂਟ ਹੋਇਆ ਇਹ ਟਰੈਕਟਰ ਦਾ ਤੇ ਕਾਰ ਦਾ ਜੀ? ਕਾਰ ਪਤਾ ਲੱਗਿਆ ਕਿੱਥੋਂ ਆ ਰਹੀ ਸੀ ਤੇ ਕਿੱਥੋਂ ਜਾ ਰਹੀ ਸੀ ਟਰੈਕਟਰ ਵਾਲਾ, ਕਿੱਧਰ ਇਹ ਮਲੋਟੋਂ ਹੁੰਦਿਆ ਸੀ ਟਰੈਕਟਰ ਤੇ ਮੁਕਤਰ ਨਹੀਂ ਕਰ ਰਿਹਾ ਸੀ। ਅਗੇ ਜਾਣਦਾ ਨਹੀਂ ਇਹਨਾਂ ਦਾ ਪਤਾ ਵੀ ਕਿੱਥੇ ਜਾ ਰਹੀ ਸੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਬਹੁਤ ਹੋ ਗਿਆ ਵੀ, ਕਾਰ ਦਾ ਵੀ ਅਤੇ ਟਰੈਕਟਰ ਦਾ ਵੀ, 2-3 ਇੱਥੇ ਬਣਾ ਤੇ। ਅਤੇ ਕੋਈ ਬੰਦੇ ਦਾ ਨੁਕਸਾਨ ਹੋਇਆ ਜੀ? 2 ਬੰਦੇ ਮਰੇ ਜੀ ਕਾਰ ਵਾਲੀ, ਟਰੈਕਟਰ ਵਾਲਾ ਤਾਂ ਹੈ ਹੀ ਨਹੀਂ ਜੀ ਗਹਿਰਾ ਤੇ। ਅਸੀਂ ਆਸੇ ਪਾਸੇ ਵੀ ਬਹੁਤ ਵੇਖਣ ਨਹੀਂ, ਟਰੈਕਟਰ ਵਾਲਾ ਨਹੀਂ ਹੈ। ਰਵਿੰਦਰ ਸਿੰਘ ਲੱਖਾ ਜੀ, ਕੀ ਕਹਿਣਾ ਚਾਹੋਗੇ ਜਿਹੜਾ ਰਾਤ ਘਟਨਾ ਹੋਈ, ਕਿਸ ਤਰ੍ਹਾਂ ਹੋਈ? ਇਹ 9:30 ਦਾ ਟਾਈਮ ਸੀਗਾ ਜੀ ਜਦੋਂ ਐਕਸੀਡੈਂਟ ਹੋਇਆ ਜੀ, ਅਤੇ ਇਹ ਮੁਕਤਸਰ ਵੱਲ ਤੋਂ ਆ ਰਹੇ ਸੀਗੇ ਮੁੰਡੇ ਗੱਡੀ ਵਾਲੇ ਜੀ, ਅਤੇ ਇੱਧਰੋਂ ਟਰੈਕਟਰ ਜਾ ਰਿਹਾ ਸੀ ਟੂਡੀਆ ਟਰਾਲਾ ਜੀ, ਉਹਦੇ ਵਿੱਚ ਅਚਾਨਕ ਗੱਡੀ ਇੱਥੇ ਉਖਲੀ ਕਰਨ ਵਿੱਚ ਵੱਜ ਗਈ ਜੀ। ਅਤੇ ਬਸ ਦੋ ਮੁੰਡੇ, ਇੱਕ ਮੁੰਡੇ ਦੀ ਇੱਥੇ ਡੈਥ ਹੋ ਗਈ ਸੀ ਜੀ, ਇੱਕ ਨੂੰ 108 ਐਂਬੂਲੈਂਸ ਆ ਗਈ ਸੀ, ਹੁਣ ਲਈ ਜਾਂਦੀ ਸੀਗੀ ਜੀ, ਇੱਕ ਰਸਤੇ 'ਚ ਮੌਤ ਹੋ ਗਈ ਜੀ, ਇੱਕ ਸਰਕਾਰੀ ਹਸਪਤਾਲ ਮਲੋਟ ਲਿਆਇਆ ਗਿਆ ਸੀ, ਉਹਨੂੰ ਉੱਥੋਂ ਰੈਫਰ ਕਰ ਦਿੱਤਾ ਗਿਆ ਸੀ। ਇਹ ਪਤਾ ਲੱਗਿਆ ਵੀ ਜਿਹੜੇ ਨੌਜਵਾਨ ਮਰੇ ਹੈ? ਹਾਂਜੀ, ਕਿੱਥੋਂ ਦੇ? ਇੱਕ ਜੀ ਪਿੰਡ ਧੌਲਾ ਕੈਂਕਰਾਂ ਦਾ ਜੀ, ਧੌਲੇ ਕੈਂਕਰੇ ਦਾ ਮੁੰਡਾ ਜੀ, ਇੱਕ ਇੰਨੇ ਖੇੜੇ ਪਿੰਡ ਦਾ ਜੀ, ਇੱਕ ਸੌਂਕੇ ਪਿੰਡ ਦਾ ਜੀ, 3 ਮੁੰਡੇ ਸੀ। ਕੋਈ ਟਰੈਕਟਰ ਵਾਲੇ ਦਾ ਪਤਾ ਲੱਗਿਆ ਕਿ ਨਹੀਂ? ਟਰੈਕਟਰ ਵਾਲੇ ਦਾ ਨਹੀਂ ਪਤਾ ਲੱਗਿਆ ਜੀ, ਹਨੇਰਾ ਜਾ ਰਹੇ ਸੀਗੇ, ਟਰੈਕਟਰ ਵਾਲਾ ਇੱਥੇ ਹੀ ਖੜਾ ਹੋਣਾ ਪਰ ਵੀ ਪਤਾ ਨਹੀਂ ਲੱਗਿਆ ਜੀ। ਕੋਈ ਟਰੈਕਟਰ ਵਾਲੇ ਦੇ ਸੱਟ ਫੇਟ? ਨਹੀਂ, ਟਰੈਕਟਰ ਵਾਲੇ ਦੀ ਕੋਈ ਸੱਟ ਨਹੀਂ ਵੱਜੀ ਜੀ। ਸੜਕ ਦੇ ਵਿਚਾਲੇ ਖੜਾ ਸੀ ਜਾਂ ਆ ਰਿਹਾ ਸੀ ਟਰਾਲਾ? ਟਰਾਲਾ ਆ ਰਿਹਾ ਸੀਗਾ ਜੀ, ਇੱਧਰੋਂ ਗੱਡੀ ਆ ਰਹੀ ਸੀਗੀ ਜੀ। ਰਫ਼ਤਾਰ ਗੱਡੀ ਦੀ ਤੇਜ਼ ਸੀ? 100 ਕਿਤੇ ਗੱਡੀ ਸੀਗੀ ਜੀ। ਉਹਦੇ ਕਾਰਨ ਹੀ ਹੋ ਸਕਦਾ ਤੇਜ਼ ਰਫ਼ਤਾਰ ਦਾ ਕਾਰਨ ਵੀ? ਸੋਨੀ ਡੱਲਾ, ਬਿਊਰੋ ਚੀਫ ਮੁਕਤਸਰ, ਦਿਵਿਆ ਪੰਜਾਬ ਟੀਵੀ।